ਪੰਜਾਬ ਸਮੇਤ ਪੂਰੇ ਦੇਸ਼ ਦੇ ਵਿੱਚ ਤਿਹਾਰਾਂ ਦਾ ਮੌਸਮ ਚੱਲ ਰਿਹਾ ਹੈ ਤੇ ਜੇ ਮੌਸਮ ਦੇ ਵਿੱਚ ਦੇਸ਼ ਵਿਰੋਧੀ ਗਤੀਵਿਧੀਆਂ ਦਾ ਵੀ ਕਿਤੇ ਨਾ ਕਿਤੇ ਜਿਹੜੇ ਚਾਂਸਸ ਨੇ ਉਹ ਵੱਧ ਜਾਂਦੇ ਨੇ ਉਹਨਾਂ ਦਾ ਖਤਰਾ ਵੱਧ ਜਾਂਦਾ ਹੈ ਤੇ ਇਸੇ ਦੇ ਬਾਅਦ ਦਸਤੂਰ ਹੈ ਪੁਲਿਸ ਦੇ ਵੱਲੋਂ ਮੁਸਤੈਦੀ ਵਰਤੀ ਜਾਂਦੀ ਹੈ ਭਾਵੇਂ ਉਹ ਦੇਸ਼ਤੀ ਪੁਲਿਸ ਹੋਵੇ ਭਾਵੇਂ ਪੰਜਾਬ ਸੂਬੇ ਦੀ ਪੁਲਿਸ ਹੋਵੇ ਤੇ ਇਸੇ ਮੁਸਤੈਦੀ ਦੇ ਚੱਲਦੇ ਮੋਹਾਲੀ ਪੁਲਿਸ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ ਤੁਹਾਨੂੰ ਦੱਸ ਦਈਏ ਕਿ ਅੰਤਰਰਾਸ਼ਟਰੀ ਅਤਵਾਦੀ گروਹ ਦੇ ਚਾਰ ਗੁਰਗਿਆਂ ਨੂੰ ਗ੍ਰਫਤਾਰ ਕੀਤਾ ਗਿਆ ਮੁਹਾਲੀ ਪੁਲਿਸ ਦੇ ਵੱਲੋਂ ਇਹ ਗ੍ਰਫਤਾਰੀ ਕੀਤੀ ਗਈ ਹੈ ਤੁਹਾਨੂੰ ਦੱਸ ਦਿੰਦੇ ਆ ਕਿ ਇਹਨਾਂ ਦੇ ਕੋਲੋਂ ਪਿਸਤੌਲ ਵੀ ਬਰਾਮਦ ਹੋਏ ਨੇ ਤੇ ਨਾਲ ਦੀ ਨਾਲ ਵੱਡੀ ਗਿਣਤੀ ਦੇ ਵਿੱਚ ਕਾਰਟ੍ਰਿਜ ਵੀ ਬਰਾਮਦ ਹੋਇਆ ਹੈ ਭਾਵੇਂ ਕਿ ਜਿੰਦਾ কারਤੂਸ ਵੀ ਬਰਾਮਦ ਹੋਏ ਨੇ ਤੇ ਇਸੇ ਦੇ ਬਾਬਤ ਜਿਹੜੀ ਜਾਣਕਾਰੀ ਹੈ ਉਹ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਟਵੀਟ ਕਰਕੇ ਸਾਂਝੀ ਕੀਤੀ ਗਈ ਹੈ ਟਵੀਟ ਦੇ ਵਿੱਚ ਉਹਨਾਂ ਨੇ ਫੋਟੋਆਂ ਸਾਂਝੀਆਂ ਕੀਤੀਆਂ ਨੇ ਤੇ ਫੋਟੋਆਂ ਦੇ ਵਿੱਚੋਂ ਪਿਸਤੌਲ ਰੱਖੇ ਹੋਏ ਨੇ ਤੇ ਨਾਲ ਦੀ ਨਾਲ ਉਹ ਜਿੰਦਾ ਜਿਹੜੇ কারਤੂਸ ਫੜੇ ਗਏ ਨੇ ਉਹ ਵੀ ਰੱਖੇ ਹੋਏ ਨੇ ਟਵੀਟ ਕੀਤਾ ਗਿਆ ਟਵੀਟ ਦੇ ਵਿੱਚ ਉਹ ਲਿਖਦੇ ਨੇ ਕਿ ਇਹਨੇ ਮੇਜਰ ਬ੍ਰੇਕਥਰੂ ਕਿ ਇੱਕ ਵੱਡੀ ਸਫਲਤਾ ਇੰਗਲਿਸ਼ ਦੇ ਵਿੱਚ ਲਿਖਿਆ ਪੰਜਾਬੀ ਵਿੱਚ ਟਰਾਂਸਲੇਟ ਕਰਕੇ ਦੱਸ ਦਿੰਦੇ ਆ ਕਿ ਇੱਕ ਵੱਡੀ ਸਫਲਤਾ ਐਸਐਸ ਨਗਰ ਪੁਲਿਸ ਤੇ ਹੱਥ ਲੱਗੀ ਆ ਟੈਰਰਿਸਟ ਮੋਡਿਊਲ ਦੇ ਚਾਰ ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਜਿਹੜੇ ਕਿ ਬੱਬਰ ਖਾਲਸਾ ਇੰਟਰਨੈਸ਼ਨਲ ਗਰੁੱਪ ਦੇ ਨਾਲ ਸਬੰਧ ਰੱਖਦੇ ਨੇ ਬੱਬਰ ਖਾਲਸਾ ਦਾ ਨਾਮ ਆਇਆ ਹੈ ਇਸ ਪੂਰੀ ਘਟਨਾਕ੍ਰਮ ਦੇ ਵਿੱਚ ਤੇ ਦੱਸਿਆ ਜਾ ਰਿਹਾ ਹੈ ਕਿ ਇਹ ਜਿਹੜਾ ਮੋਡਿਊਲ ਹੈ ਬਬਰ ਖਾਲਸਾ ਇੰਟਰਨੈਸ਼ਨਲ ਦਾ ਇਹਨਾਂ ਦੇ ਵੱਲੋਂ ਟਾਰਗੇਟ ਕਿਲਿੰਗ ਹੈ ਜਿਹੜੀ ਉਹ ਪੰਜਾਬ ਦੇ ਵਿੱਚ ਕੀਤੀ ਜਾਣੀ ਸੀ ਤਿਹਾਰਾਂ ਦਾ ਮੌਸਮ ਹੈ ਪਹਿਲਾਂ ਹੀ ਦੱਸ ਕੇ ਹਟਿਆ ਕਿ ਜੇ ਮੌਸਮ ਦੇ ਵਿੱਚ ਅਜਿਹੇ ਸਮੇਂ ਦੇ ਵਿੱਚ ਸੰਵੇਦਨਸ਼ੀਲਤਾ ਜਿਹੜੀ ਉਹ ਜ਼ਿਆਦਾ ਵੱਧ ਜਾਂਦੀ ਹੈ ਤੇ ਅਜਿਹੀਆਂ ਜਿਹੜੀਆਂ ਵਾਰਦਾਤਾਂ ਹੋਣ ਦਾ ਖਤਰਾ ਵੀ ਵੱਧ ਜਾਂਦਾ ਹੈ ਤੇ ਇਸੇ ਦੇ ਚੱਲਦੇ ਪੁਲਿਸ ਦੇ ਵੱਲੋਂ ਮੁਸਤੈਦੀ ਵਰਤੀ ਜਾਂਦੀ ਹੈ ਟਵੀਟ ਤੇ ਦੁਬਾਰਾ ਫਿਰ ਤੋਂ ਆਜੰਨੇ ਟਵੀਟ ਦੇ ਵਿੱਚ ਲਿਖਿਆ ਗਿਆ ਕਿ ਜਿਹੜੇ ਡਰੋਨ ਨੇ ਉਹ ਵਰਤੇ ਗਏ ਸੀ ਇਹ ਜਿਹੜੇ ਹਥਿਆਰ ਨੇ ਹਥਿਆਰਾਂ ਨੂੰ ਸਮੱਗਲ ਕਰਨ ਦੇ ਵਿੱਚ ਡਰੋਨ ਵਰਤੇ ਗਏ ਪਾਕ ਦੇ ਸਿੱਧਾ ਸਿੱਧਾ ਜਿਹੜਾ ਨਿਸ਼ਾਨਾ ਉਹ ਪਾਕਿਸਤਾਨ ਦੇ ਵੱਲ ਨੂੰ ਜਾਂਦਾ ਕਿਉਂਕਿ ਪਾਕਿਸਤਾਨ ਦੇ ਵੱਲੋਂ ਚਾਹੇ ਨਸ਼ੇ ਦੀ ਤਸਕਰੀ ਕਰਨੀ ਹੋਵੇ ਚਾਹੇ ਹਥਿਆਰਾਂ ਦੀ ਤਸਕਰੀ ਕਰਨੀ ਹੋਵੇ ਡਰੋਨਾਂ ਦੀ ਜਿਹੜੀ ਵਰਤੋਂ ਹੈ ਉਹ ਕੀਤੀ ਜਾਂਦੀ ਹੈ ਤੇ ਅੱਗੇ ਉਹਨਾਂ ਦੇ ਵੱਲੋਂ ਲਿਖਿਆ ਗਿਆ ਹੈ ਕਿ ਮੋਡਿਊਲ ਆ ਜਿਹੜਾ ਉਹ ਪਾਕਿਸਤਾਨ ਦੇ ਵਿੱਚ ਬੈਠੇ ਹਰਵਿੰਦਰ ਸਿੰਘ ਰਿੰਦਾ ਦੇ ਵੱਲੋਂ ਆਪਰੇਟ ਕੀਤਾ ਜਾ ਰਿਹਾ ਸੀ ਭਾਪਕੇ ਰਿੰਦਾ ਦੇ ਵੱਲੋਂ ਇਹ ਮੋਡਿਊਲ ਆ ਜਿਹੜਾ ਇਹਨੂੰ ਆਪਰੇਟ ਕੀਤਾ ਗਿਆ ਇਹਨਾਂ ਨੂੰ ਜਿਹੜੇ ਹਥਿਆਰ ਨੇ ਉਹ ਮੁਹैया करवाए ਗਏ ਤੇ ਨਾਲ ਦੀ ਨਾਲ ISI ਭਾਪਕੇ ਜਿਹੜੀ ਪਾਕਿਸਤਾਨ ਦੀ ਖੂਫੀਆ ਏਜੰਸੀ ਹੈ ਲਗਾਤਾਰ ਸਵਾਲਾਂ ਦੇ ਘੇਰੇ ਦੇ ਵਿੱਚ ਰਹਿੰਦੀ ਹੈ ਤੇ ISI ਤੇ ਵੀ ਇਹ ਲਗਾਤਾਰ ਦੋਸ਼ ਲੱਗਦੇ ਰਹਿੰਦੇ ਕਿ ਪੰਜਾਬ ਦੇ ਵਿੱਚ ਜਦੋਂ ਵੀ ਮਾਹੌਲ ਖਰਾਬ ਕਰਨਾ ਹੋਵੇ ਤਾਂ ISI ਉਹ ਇੱਕ ਵੱਡੀ ਭੂਮਿਕਾ ਜ਼ਰੂਰ ਨਿਭਾਉਂਦੀ ਹੈ ਤੇ ਇਸੇ ਮੋਡਿਊਲ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਚ ਵੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ ISI ਦੇ ਵੱਲੋਂ ਬੈਕਅਪ ਕੀਤਾ ਜਾ ਰਿਹਾ ਸੀ ਇਸ ਪੂਰੇ ਮੋਡਿਊਲ ਨੂੰ ਤੇ ਰਿਕਵਰੀ ਜਿਹੜੀ ਹੋਈ ਹੈ ਰਿਕਵਰੀ 7 ਪਿਸਟਲ ਨੇ ਤੇ 275 ਜਿੰਦਾ ਕਾਰਤੂਸ ਨੇ ਜਿਹੜੇ ਉਹ ਬਰਾਮਦ ਕੀਤੇ ਗਏ ਨੇ ਤੇ ਨਾਲ ਦੀ ਨਾਲ ਡੀਜੀਪੀ ਗੌਰਵ ਯਾਦਵ ਲਿਖਦੇ ਆ ਕਿ ਪੰਜਾਬ ਪੁਲਿਸ ਕਮਿਟਿਡ ਹੈ ਪੀਸ ਤੇ ਹਾਰਮਨੀ ਹੈ ਜਿਹੜੀ ਉਹਨੂੰ ਮੇਨਟੇਨ ਕਰਨ ਦੇ ਵਾਸਤੇ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵੱਡੇ ਹੁਕਮ ਜਾਰੀ ਕੀਤੇ ਗਏ ਆ ਕਿ ਪੰਜਾਬ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਉਹਨਾਂ ਲੋਕਾਂ ਨੂੰ ਫੜਿਆ ਜਾਵੇ ਉਹਨਾਂ ਅੰਸਰਾਂ ਨੂੰ ਫੜਿਆ ਜਾਵੇ ਜਿਹੜੇ ਇਸ ਤਰੀਕੇ ਦੀ ਮਾਨਸਿਕਤਾ ਲੈ ਕੇ ਸਾਡੇ ਸਮਾਜ ਦੇ ਵਿੱਚ ਘੁੰਮਦੇ ਰਹਿੰਦੇ ਆ ਇੱਕ ਵਾਰ ਫਿਰ ਤੋਂ ਤੁਹਾਨੂੰ ਦੱਸ ਦਈਏ ਕਿ ਮੁਹਾਲੀ ਪੁਲਿਸ ਦੇ ਹੱਥੇ ਕਬੱਡੀ ਸਫਲਤਾ ਲੱਗੀ ਹੈ ਦੱਸਿਆ ਜਾ ਰਿਹਾ ਹੈ ਕਿ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਨਾਲ ਸੰਬੰਧਿਤ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਦੇ ਕੋਲੋਂ 6 ਪਿਸਤੌਲ ਤੇ 275 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਨੇ ਤੇ ਇਹਨਾਂ ਨੂੰ ਹਰਵਿੰਦਰ ਸਿੰਘ ਰਿੰਦਾ ਦੇ ਵੱਲੋਂ ਜਿਸ ਦੇ ਉੱਤੇ ਲਗਾਤਾਰ ਦੋਸ਼ ਲੱਗਦੇ ਕੋ ਪਾਕਿਸਤਾਨ ਦੇ ਵਿੱਚ ਰਹਿ ਕੇ ਪਾਕਿਸਤਾਨ ਦੇ ਵਿੱਚ ਬੈਠ ਕੇ ਆਈਐਸਆਈ ਦੀ ਛਤਰਛਾਇਆ ਦੇ ਥੱਲੇ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰਨ ਦੇ ਵਿੱਚ ਵੱਡੀ ਭੂਮਿਕਾ ਨਿਭਾਉਂਦਾ ਰਹਿੰਦਾ ਕਿਹਾ ਜਾ ਰਿਹਾ ਹੈ ਕਿ ਹਰਵਿੰਦਰ ਰਿੰਦਾ ਦੇ ਵੱਲੋਂ ਮੋਡਿਊਲ ਭੇਜਿਆ ਗਿਆ ਸੀ ਬੈਕਅਪ ਜਿਹੜਾ ਉਹ ਆਈਐਸਆਈ ਦੇ ਵੱਲੋਂ ਦਿੱਤਾ ਗਿਆ ਸੀ ਜਿਹੜੀ ਕਿ ਪਾਕਿਸਤਾਨ ਦੀ ਖੂਫੀਆ ਏਜੰਸੀ ਹੈ ਹਰਮਿੰਦਰ ਰਿੰਦਾ ਦੇ ਬਾਰੇ ਲਗਾਤਾਰ ਹੀ ਚੀਜ਼ਾਂ ਕਹੀਆਂ ਜਾਂਦੀਆਂ ਕਿ ਵਸਿੰਦਾ ਉਹ ਪੱਕੇ ਪੰਜਾਬ ਦਾ ਜਿਹੜਾ ਕਿ ਭਾਰਤ ਦੇ ਵਿੱਚ ਚੜ੍ਹਦੇ ਪੰਜਾਬ ਦਾ ਵਸਿੰਦਾ ਪਰ ਉਹ ਪਾਕਿਸਤਾਨ ਵਾਲੇ ਪਾਸੇ ਨੂੰ ਚਲੇ ਗਿਆ ਸੀ ਕਾਫੀ ਸਮਾਂ ਪਹਿਲਾਂ ਤੇ ਉੱਥੋਂ ਬੈਠ ਕੇ ਉਹ ਅਜਿਹੀਆਂ ਜਿਹੜੀਆਂ ਗਤੀਵਿਧੀਆਂ ਨੇ ਉਹਨਾਂ ਨੂੰ ਅੰਜਾਮ ਦਿੰਦਾ ਰਹਿੰਦਾ ਜਾਂ ਦਬੋਂਦਾ ਰਹਿੰਦਾ ਇਹ ਤੋਂ ਪਹਿਲਾਂ ਵੀ ਮੋਹਾਲੀ ਦੇ ਵਿੱਚ ਜਿਹੜਾ ਇੰਟਲ ਹੈਡਕੁਆਰਟਰ ਦੇ ਉੱਤੇ ਜਿਹੜਾ ਹਮਲਾ ਹੋਇਆ ਸੀ ਆਰਪੀਜੀ ਦੇ ਨਾਲ ਅਟੈਕ ਕੀਤਾ ਗਿਆ ਸੀ ਉਸੇ ਵਿੱਚ ਵੀ ਹਰਵਿੰਦਰ ਸਿੰਘ ਰਿੰਦਾ ਦਾ ਨਾਮ ਆਇਆ ਸੀ ਤੇ ਇਸ ਤੋਂ ਬਾਅਦ ਤਮਾਮ ਪੰਜਾਬ ਦੇ ਵਿੱਚ ਜਿੰਨੀਆਂ ਵੀ ਹਾਈ ਲੈਵਲ ਦੇਆਂ ਵਾਰਦਾਤਾਂ ਹੋਈਆਂ ਨੇ ਉਹਨਾਂ ਦੇ ਵਿੱਚ ਇਹਦਾ ਨਾਮ ਹੈ ਜਿਹੜਾ ਉਹ ਸਿੱਧੇ-ਸਿੱਧੇ ਤੌਰ ਤੇ ਆਉਂਦਾ ਹੀ ਰਹਿੰਦਾ ਸੀ ਤੇ ਨਾਲ ਦੀ ਨਾਲ ਦੱਸਦੇ ਰਿਹਾ ਕਿ ਸਿੱਧੂ ਮੂਸੇਵਾਲਾ ਕਤਲकांड ਦੇ ਵਿੱਚ ਵੀ ਜਿਹੜੇ ਹਥਿਆਰ ਮੁਹੱਈਆ ਹੋਏ ਸੀ ਲਾਰੈਂਸ ਬਿਸ਼ਨੋਈ ਗੈਂਗ ਦੇ ਗੁਰਗਿਆਂ ਨੂੰ ਜਿਨ੍ਹਾਂ ਦੇ ਵੱਲੋਂ ਉਸ ਕਾਨੂੰਨੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਉਹ ਵੀ ਜਿਹੜੇ ਸਾਰੇ ਹਥਿਆਰ ਨੇ ਕਿਹਾ ਜਾ ਰੇ ਸੀ ਹਰਵਿੰਦਰ ਸਿੰਘ ਔਰ ਰਿੰਦਾ ਹੋਰਾਂ ਦੇ ਵੱਲੋਂ ਉਹ ਮੁਹਈਆ ਕਰਵਾਏ ਗਏ ਸੀ ਤੇ ਇੱਕ ਵਾਰ ਫਿਰ ਤੋਂ ਤੁਹਾਨੂੰ ਦੱਸ ਦਿੰਨੇ ਆ ਪੰਜਾਬ ਦੇ ਵਿੱਚ ਤਿਹਾਰਾਂ ਦਾ ਮੌਸਮ ਹੈ ਦੁਸ਼ਹਿਰਾ ਹੁਣੇ-ਹੁਣੇ ਲੰਘ ਕੇ ਗਿਆ ਤੇ ਇਸ ਤੋਂ ਬਾਅਦ ਦੇ ਵਿੱਚੋਂ ਦੀਵਾਲੀ ਦਾ ਵੀ ਤਿਹਾਰ ਆਉਣਾ ਤੇ ਬੰਦੀ ਛੋੜ ਦਿਵਸ ਦਾ ਵੀ ਤਿਹਾਰ ਆਉਣਾ ਤੇ ਉਸ ਵੇਲੇ ਦੇ ਵਿੱਚ ਸੈਸਿਟੀਵਿਟੀ ਹੈ ਜਿਹੜੀ ਉਹ ਵੱਜ ਜਾਂਦੀ ਹੈ ਪੁਲਿਸ ਨੂੰ ਜਿਹੜੀ ਮੁਸਤੈਦੀ ਵਰਤਣੀ ਪੈਂਦੀ ਹੈ ਡੀਜੀਪੀ ਪੰਜਾਬ ਦੇ ਵੱਲੋਂ ਗੌਰਵ ਯਾਦਵ ਹੋਰਾਂ ਦੇ ਵੱਲੋਂ ਵੱਡੇ ਹੁਕਮ ਨੇ ਜਿਹੜੇ ਉਹ ਜਾਰੀ ਕੀਤੇ ਜਾਂਦੇ ਨੇ ਜੇ ਇਸ ਸਮੇਂ ਦੇ ਵਿੱਚ ਤੇ ਨਾਲ ਦੀ ਨਾਲ ਪੰਜਾਬ ਸਰਕਾਰ ਦੇ ਵੀ ਵੱਡੇ ਹੁਕਮ ਹੁੰਦੇ ਆ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਵਾਰਦਾਤ ਹੈ ਜਿਹੜੀ ਉਹ ਪੰਜਾਬ ਦੇ ਵਿੱਚ ਨਹੀਂ ਵਾਪਰਨੀ ਚਾਹੀਦੀ ਤੇ ਇਸੇ ਦੇ ਚੱਲਦੇ ਇੱਕ ਵੱਡੀ ਸਫਲਤਾ ਜਿਹੜੀ ਉਹ ਮੁਹਾਲੀ ਪੁਲਿਸ ਨੂੰ ਮਿਲੀ ਹੈ ਇੱਕ ਵਾਰ ਫਿਰ ਤੋਂ ਜਾਂਦੀ ਜਾਂਦੀ ਤੁਹਾਨੂੰ ਦੱਸ ਦਈਏ ਕਿ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਨਾਲ ਸਬੰਧ ਰੱਖਣ ਵਾਲੇ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਦੇ ਕੋਲੋਂ 275 ਜਿੰਦਾ ਕਾਰਤੂਸ ਤੇ ਨਾਲ ਦੀ ਨਾਲ 6 ਪਿਸਤੌਲ ਨੇ ਜਿਹੜੇ ਉਹ ਬਰਾਮਦ ਕੀਤੇ ਗਏ ਨੇ ਤੇ ਇਹਨਾਂ ਨੂੰ ਕੰਮ ਦਿੱਤਾ ਗਿਆ ਸੀ ਪੰਜਾਬ ਦੇ ਵਿੱਚ ਟਾਰਗੇਟ ਕਿਲਿੰਗ ਕਰਨ ਦਾ ਹਾਲਾਂਕਿ ਕਿਹਦੀ ਕਿਹਦੇ ਉੱਤੇ ਜਿਹੜੇ ਪਿਸਤੌਲਾਂ ਦੇ ਨਾਲ ਗੋਲੀਆਂ ਦੀ ਵਾਛੜ ਕੀਤੀ ਜਾਣੀ ਸੀ ਜਾਂ ਕਿਹੜੇ ਇਲਾਕੇ ਦੇ ਵਿੱਚ ਵਾਛੜ ਕੀਤੀ ਜਾਣੀ ਸੀ ਕਿੱਥੋਂ ਦਾ ਮਾਹੌਲ ਖਰਾਬ ਕੀਤਾ ਜਾਣਾ ਸੀ ਇਹਦੇ ਬਾਬਤ ਅਜੇ ਤੱਕ ਕੋਈ ਵੀ ਜਾਣਕਾਰੀ ਨਹੀਂ ਆਈ ਹੈ ਨਾ ਹੀ ਉਹ ਚਾਰ ਜਣਿਆਂ ਦੀਆਂ ਫੋਟੋਆਂ ਸਾਹਮਣੇ ਆਈਆਂ ਨੇ ਪਰ ਨਾਲ ਦੀ ਨਾਲ ਤਸਵੀਰਾਂ ਤੁਹਾਨੂੰ ਉਹ ਅਸਲੇ ਦੀਆਂ ਉਹ ਗੋਲੀ ਸਿੱਕੇ ਦੀਆਂ ਦਿਖਾ ਰਹੀਆਂ ਜਿਹੜਾ ਪੁਲਿਸ ਦੇ ਵੱਲੋਂ ਬਸਟਰਡ ਕੀਤਾ ਗਿਆ ਜਿਹੜਾ ਬਰਾਮਦ ਕੀਤਾ ਗਿਆ ਉਹਨਾਂ ਚਾਰ ਲੋਕਾਂ ਦੇ ਕੋਲੋਂ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਮੁਹਾਲੀ ਦੀ ਪੁਲਿਸ ਨੇ ਮੁਹਾਲੀ ਪੁਲਿਸ ਦੇ ਹੱਥ ਇੱਕ ਵੱਡੀ ਸਫਲਤਾ ਲੱਗੀ ਹੈ ਇੱਕ ਵਾਰ ਫਿਰ ਤੋਂ ਜਾਣਕਾਰੀ ਦੇ ਦਿੰਦੇ ਆ ਕਿ ਆਈਐਸਆਈ ਦੇ ਵੱਲੋਂ ਬੈਕਅਪ ਕੀਤਾ ਜਾ ਰਿਹਾ ਸੀ ਪੂਰੇ ਪਲਾਨ ਨੂੰ ਜਿੱਦਾਂ ਕਿ ਡੀਜੀਪੀ ਪੰਜਾਬ ਦੇ ਵੱਲੋਂ ਕਲੇਮ ਕੀਤਾ ਜਾ ਰਿਹਾ ਕਿ ਆਈਐਸਆਈ ਦੇ ਵੱਲੋਂ ਬੈਕਅਪ ਕੀਤਾ ਜਾ ਰਿਹਾ ਸੀ ਹਰਵਿੰਦਰ ਸਿੰਘ ਰਿੰਦਾ ਦੇ ਹੁਕਮਾਂ ਦੇ ਉੱਤੇ ਉਹਨਾਂ ਦੀ ਹਰਵਿੰਦਰ ਸਿੰਘ ਰਿੰਦਾ ਦੀ ਰਹਿਨੁਮਾਈ ਦੇ ਵਿੱਚ ਇਹ ਮੋਡਿਊਲ ਹੈ ਜਿਹੜਾ ਪੰਜਾਬ ਪਹੁੰਚਿਆ ਸੀ ਤੇ ਇਹਨਾਂ ਨੂੰ ਡਰੋਨ ਦੇ ਰਾਹੀਂ ਹਥਿਆਰਾਂ ਦੀ ਜਿਹੜੀ ਸਪਲਾਈ ਹੈ ਉਹ ਕੀਤੀ ਗਈ ਸੀ ਇਹਨਾਂ ਦੇ ਵਿੱਚ ਇਹਨਾਂ ਦੇ ਵੱਲੋਂ ਪੰਜਾਬ ਦੇ ਵਿੱਚ ਟਾਰਗੇਟ ਕਿਲਿੰਗ ਨੂੰ ਅੰਜਾਮ ਹੈ ਜਿਹੜਾ ਹੋ ਦਿੱਤਾ ਜਾਣਾ ਸੀ ਸੋ ਇੱਕ ਵਾਰ ਫਿਰ ਤੋਂ ਅਤਵਾਦੀ ਮਨਸੂਬਿਆਂ ਨੂੰ ਨੱਥ ਪਾਈ ਗਈ ਹੈ ਮੁਹਾਲੀ ਪੁਲਿਸ ਦੇ ਵੱਲੋਂ ਮੁਹਾਲੀ ਪੁਲਿਸ ਦੇ ਹੱਥ ਇੱਕ ਵੱਡੀ ਸਫਤਤਾ ਲੱਗੀ ਹੈ ਜਦੀ ਜਾਣਕਾਰੀ ਹੈ ਉਹ ਡੀਜੀਪੀ ਪੰਜਾਬ ਗੌਰਵ ਯਾਦਵ ਦੇ ਵੱਲੋਂ ਸਾਂਝੀ ਕੀਤੀ ਗਈ ਹੈ